ਤੁਸੀਂ ਜੁੜ ਚੁੱਕੇ ਹੋ ਚੱਕਦੇ ਟੀਵੀ ਨਾਲ ਤੇ ਮੈਂ ਹਾਂ ਸੁੱਖ ਪੱਟੀਵਾਲ ਲੈ ਕੇ ਹਾਜ਼ਰ ਹੋਇਆ ਕਰੋਨਾ ਦੀ ਤਾਜ਼ਾ ਅਪਡੇਟ। ਜੇ ਗੱਲ ਪੂਰੇ ਭਾਰਤ ਦੀ ਕੀਤੀ ਜਾਵੇ ਤਾਂ ਭਾਰਤ ਦੇ ਵਿੱਚ ਜਿਹੜੀ ਕਰੋਨਾ ਦਾ ਕਹਿਰ ਆ ਲਗਾਤਾਰ ਵੱਧਦਾ ਜਾ ਰਿਹਾ। ਜਿਹੜੀ ਮਰੀਜ਼ਾਂ ਦੀ ਗਿਣਤੀ ਆ ਉਹ WHO ਦੀ ਰਿਪੋਰਟ ਦੇ ਮੁਤਾਬਕ ਜਿਹੜੀ 6200 ਦੇ ਕਰੀਬ ਹੋ ਚੁੱਕੀ ਆ ਤੇ ਨਾਲ ਹੀ ਜਿਹੜੀਆਂ 180 ਪਲੱਸ ਜਿਹੜੀਆਂ ਮੌਤਾਂ ਹੋਈਆਂ ਨੇਗੀਆਂ, ਜਿਹੜੀ WHO ਦੀ ਰਿਪੋਰਟ ਆ ਉਹਦੇ ਮੁਤਾਬਕ 180 ਦੇ ਕਰੀਬ ਜਿਹੜੀਆਂ ਮੌਤਾਂ ਹੋਈਆਂ ਨੇਗੀਆਂ ਤੇ ਜਿਹੜੇ ਤੁਹਾਨੂੰ ਦੱਸ ਦਈਏ ਕਿ 500 ਦੇ ਕਰੀਬ ਜਿਹੜੇ ਲੋਕ ਨੇ ਉਹ ਇਸ ਕਰੋਨਾ ਦੀ ਬਿਮਾਰੀ ਦੇ ਖਿਲਾਫ ਜਿਹੜੀ ਜੰਗ ਉਹ ਜਿੱਤ ਵੀ ਚੁੱਕੇ ਨੇ, ਜਿਸ ਦੇ ਚੱਲਦਿਆਂ 5400 ਦੇ ਕਰੀਬ ਜਿਹੜੇ ਲੋਕ ਨੇ ਉਹ ਇਸ ਮੌਕੇ ਇਹ ਕਰੋਨਾ ਦੇ ਨਾਲ ਜਿਹੜੇ ਜੂਝ ਰਹੇ ਨੇ। ਤੇ ਇਸ ਤੋਂ ਇਲਾਵਾ ਜੇ ਗੱਲ ਪੂਰੇ ਸੰਸਾਰ ਦੀ ਕੀਤੀ ਜਾਵੇ ਤਾਂ 15,36,000 ਦੇ ਕਰੀਬ ਜਿਹੜੇ ਲੋਕ ਨੇ ਉਹ ਕਰੋਨਾ ਦੇ ਨਾਲ ਪ੍ਰਭਾਵਿਤ ਹੋਏ ਨੇਗੇ ਤੇ 90,000 ਦੇ ਕਰੀਬ ਨੇ ਜਿਹੜੀਆਂ ਮੌਤਾਂ ਹੋਈਆਂ ਨੇ। ਜੇ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ ਜਿਹੜਾ ਕਰੋਨਾ ਦਾ ਕਹਿਰ ਆ ਲਗਾਤਾਰ ਵੱਧਦਾ ਜਾ ਰਿਹਾ। ਜਿਹੜੇ ਅੰਕੜੇ ਦੱਸ ਰਹੇ ਨੇ ਉਹਨਾਂ ਦੇ ਮੁਤਾਬਕ 600 ਪਲੱਸ ਨੇ ਜਿਹੜੇ ਦਿੱਲੀ ਦੇ ਵਿੱਚ ਕਰੋਨਾ ਦੇ ਮਰੀਜ਼ ਹੋ ਚੁੱਕੇ ਨੇਗੇ। ਤੇ ਤੁਹਾਨੂੰ ਇੱਥੇ ਜਾਣਕਾਰੀ ਦੇ ਦਈਏ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਕਰੋਨਾ ਕਹਿਰ ਆ ਉਹ ਲਗਾਤਾਰ ਕਾਫੀ ਤੇਜ਼ ਹੋ ਚੁੱਕਿਆ। ਜਿਹੜਾ ਬੀਤੇ ਕੁਝ ਦਿਨਾਂ ਤੱਕ ਜਿਹੜਾ ਫਿਰ ਵੀ ਇੱਕ ਠਹਿਰਾਓ ਸੀ ਉਹ ਠਹਿਰਾਓ ਹੁਣ ਜਿਹੜਾ ਇੱਕ ਤੇਜ਼ੀ ਦੇ ਵਿੱਚ ਬਦਲ ਚੁੱਕਿਆ ਤੇ ਪੰਜਾਬ ਦੇ ਵਿੱਚ ਵੀ ਕਰੋਨਾ ਦੇ ਮਰੀਜ਼ ਨੇ ਜਿਹੜੇ ਉਹ ਕਾਫੀ ਤੇਜ਼ੀ ਨਾਲ ਸਾਹਮਣੇ ਆ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਪੂਰੇ ਭਾਰਤ ਦੇ ਵਿੱਚ ਬੀਤੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ 500 ਦੇ ਕਰੀਬ ਮਰੀਜ਼ ਸਾਹਮਣੇ ਆਇਆ ਤੇ ਜਿਹੜੀਆਂ 20 ਮੌਤਾਂ ਹੋਈਆਂ ਨੇਗੀਆਂ। ਇੱਦਾਂ ਦੀਆਂ ਤਾਜ਼ਾ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਲਈ ਮਿਲਦੇ ਹੋ ਆ ਗਿਆ।